ਆਹ ਵੇਖੋ ਬੁੜੀ ਨੂੰ ਪਤਾ ਨੀ ਵੀ ਚੁੰਨੀ ਅੱਜ ਚਲੋ ਗਏ ਤੇ ਹੁਣ ਆਪਾਂ ਚੱਲੇ ਹਾਂ ਕੱਪੜੇ ਬਣਾਉਣ ਮੱਲਾਂ ਵਾਲੇ ਬਹੁਤ ਨੇੜੇ ਸਾਡੇ ਤੇ ਫਿਰ ਆਪਾਂ ਤੈਨੂੰ ਉੱਥੇ ਹੀ ਮਿਲਦੇ ਹਾਂ ਜਾ ਕੇ ਚਲੋ ਗਏ ਹੁਣ ਆਪਾਂ ਭੂਆ ਨੂੰ ਸੂਟ ਲੈ ਕੇ ਦੇਣੇ ਆ ਠੀਕ ਆ ਗਰਮੀਆਂ ਦੇ ਸੂਟ ਬੈਠ ਗਿਆ ਰੱਜੀ ਜਿਸ ਕਾਰਨ ਮੰਮੀ ਤੇ ਭੂਆ ਆਇਆ ਗਰਮੀ ਨੇ ਗੈਸ ਬੁਰਾ ਹਾਲ ਕਰਤਾ ਕੂਲਰ ਮੋਹਰੇ ਬਹਿਣਾ ਪਿਆ ਮੈਨੂੰ ਤਾਂ ਆ ਕੇ ਰੱਜੀ ਨਾਲ ਬੈਠ ਗਈ ਆ ਤੇ ਇਹ ਹੁਣ ਚੁਆਇਸ ਕਰੂਗੀ ਕਿਹੜੇ ਸੂਟ ਲੈਣੇ ਆ ਕਿਹੜੇ ਨਹੀਂ ਰੱਜੀ ਕੋਈ ਆਇਆ ਪਸੰਦ ਹਾਂ ਇੱਕ ਆ ਗਿਆ ਚਲੋ ਗਾਇਸ ਫਿਰ ਜਲਦੀ ਆਪਾਂ ਜੂਸ ਪੀ ਆਈਏ ਹੁਣ ਸ਼ਾਇਦ ਕਾ ਪਸੰਦ ਆ ਗਿਆ ਠੀਕ ਆ ਵਧੀਆ ਵਧੀਆ ਭੂਆ ਨੂੰ ਲੈ ਕੇ ਦੇ ਫਿਰ ਕਾਟਨ ਦਾ ਭੂਆ ਉਹ ਖਾਲ ਦੋ ਹਾਂ ਮੰਮੀ ਤੂੰ ਹੀ ਲੈਣਾ ਇੱਕ ਮੰਮੀ ਵੇਖ ਲੈਂਦੇ ਨਹੀਂ ਨਹੀਂ ਸੋਹਣੀ ਨਹੀਂ ਨਾ ਭੂਆ ਬੱਕੇ ਰੰਗ ਵੇਖ ਲੈ ਜਰਾ ਕੀ ਕਰਾਂਗੇ ਮੈਂ ਕਾ ਪੂਣਾ ਬੈਠੇ ਪੀਤਾ ਵਾ ਜੂਸ ਮੈਂਗੋ ਸ਼ੇਕ ਪੀਤਾ ਵਾ ਬਹੁਤ ਘੈਂਟ ਚੱਲੀਏ ਇੱਧਰ ਭੂਆ ਨੇ ਵੀ ਪੀ ਲਿਆ ਬਾਈ ਚਲੋ ਚਲੋ ਗਾਏ ਕੰਮ ਲਾਏ ਹੋਏ ਆਪਾਂ ਬੰਦੇ ਠੀਕ ਆ ਹਨੇਰੀ ਚੱਲ ਪਈ ਆ ਦੇਖੋ ਅੱਜ ਤਾਂ ਇੰਨੀ ਗਰਮੀ ਸੀ ਨਾ ਤੋਬਾ ਤੋਬਾ ਕਰਾ ਦਿੱਤੀ ਏ ਸੀ ਵੀ ਲਿਆਂਦੇ ਆ ਨਵੇਂ ਅਤੇ ਹਵਾ ਚੱਲ ਪਈ ਦੇ ਉਹਨੂੰ ਮੈਨੂੰ ਲੱਗਦਾ ਅੱਜ ਮੀਂਹ ਪਊਗਾ ਰਾਤ ਨੂੰ ਠੀਕ ਆ ਜੀ ਇੱਧਰ ਹੁਣ ਕੰਮ 'ਤੇ ਲੱਗੇ ਹੋਏ ਆ ਸਾਰੇ ਕਿਉਂਕਿ ਆਹਾ ਠੰਡੀ ਹਵਾ ਠੰਡੀ ਹਵਾ ਅੱਜ ਕੀ ਬਣਦਾ ਪਿਆ ਫਿਰ ਚਲੋ ਬਸ ਪਹਿਲਾਂ ਵੈਲਕਮ ਬੈਕ ਟੂ ਨਿਊ ਵਲੌਗ ਤੇ ਮੀਂਹ ਬਹੁਤ ਪਿਆ ਅੱਜ ਸਾਰਾ ਦਿਨ ਤੁਹਾਨੂੰ ਪਿਛਲਾ ਤੁਸੀਂ ਵਲੌਗ ਦੇਖੇ ਹੋਣਾ ਸਾਰਾ ਦਿਨ ਅਸੀਂ ਘੁੰਮਦੇ ਰਹੇ ਤੇ ਸ਼ਾਮ ਦਾ ਵਿਊ ਆ ਹੁਣ ਤੇ ਸ਼ਾਮ ਨੂੰ ਦੇਖ ਲਓ ਬਈ ਉੱਪਰ ਦਾ ਵੈਦਰ ਤੁਸੀਂ ਚੈੱਕ ਕਰ ਸਕਦੇ ਬਾਕੀ ਚਿੜੀ ਦੇ ਬੱਚੇ ਤੁਹਾਨੂੰ ਮੈਂ ਕੱਲ੍ਹ ਵਿਖਾਏ ਸੀ ਹਨਾ ਪਿਛਲੇ ਵਲੌਗ 'ਚ ਇੱਧਰ ਕਾਹਦੀ ਸਬਜ਼ੀ ਬਣਦੀ ਪਈ ਆ ਪੰਛੀ ਦੇਖੋ ਕਿਹੜੀਆਂ ਉਚਾਈਆਂ ਤੇ ਉੱਡਦੇ ਪਏ ਇੰਨਾ ਮੀਂਹ ਪਿਆ ਨਾ ਅੱਜ ਸਿਰਾ ਹੀ ਲੱਗਾ ਰਿਹਾ ਪੂਰਾ ਦਿਨ ਬੜਾ ਸੋਹਣਾ ਮੌਸਮ ਠੰਡਾ ਘੋਰਾ ਗਰਮੀ ਨੀ ਕੱਲ੍ਹ ਕੋਈ ਗਰਮੀ ਬੜੀ ਗਰਮੀ ਸੀਗੀ ਤਾਂ ਅਸੀਂ ਏ ਸੀ 'ਚ ਬੈਠੇ ਰਹੇ ਚਲਾ ਕੇ ਦੂਜਾ ਕਿ ਚੌਲ ਕੜੀ ਚੌਲ ਖਾਧੇ ਸੀਗੇ ਅਤੇ ਏ ਸੀ ਚਲਾਈ ਰੱਖਿਆ ਮੈਂ ਕਿ ਇੱਧਰ ਤੁਹਾਨੂੰ ਪਤਾ ਜਾਮ ਨੂੰ ਤਾਂ ਡਿੱਗਦੇ ਬਹੁਤ ਜ਼ਿਆਦਾ ਹਜੇ ਵੀ ਉੱਪਰ ਬਹੁਤ ਆ ਇੱਥੇ ਮੰਮੀ ਹੁਣੀ ਧੋਂਦੇ ਪਏ ਕੱਪੜੇ ਅਤੇ ਕੱਪੜਿਆਂ ਦਾ ਵੱਖਰਾ ਹੀ ਹੈ ਸ਼ਾਮ ਨੂੰ ਜੋ ਵੀ ਬਚਿਆ ਬੁਚਿਆ ਅੱਜ ਮੀਂਹ ਪੈਂਦਾ ਰਿਹਾ ਨਾ ਟਾਈਮ ਨਹੀਂ ਲੱਗਾ ਨਾਲੇ ਸੁੱਕੇ ਵੀ ਨਹੀਂ ਅਤੇ ਹੁਣ ਲੈਟ ਆਈ ਆ ਤਾਂ ਮੰਮੀ ਹੁਣੀ ਕੱਪੜੇ ਧੋਂਦੇ ਪਏ ਆ ਅਤੇ ਵਾਸ਼ਰ ਮਸ਼ੀਨ 'ਚ ਸੁਕਾਈ ਜਾਂਦੇ ਆ ਅਤੇ ਉਹ ਮੰਮੀ ਹੁਣੀ ਆਈ ਨਾ ਲੈਟ ਨਾਲੋ ਨਾਲ ਅੱਧੇ ਇੱਧਰ ਧੋਣ ਲਾਏ ਹੋਏ ਆ ਅੱਧੇ ਮੰਮੀ ਹੁਣੀ ਉੱਥੇ ਲੱਗੇ ਹੋਏ ਕਿਉਂਕਿ
ਇਹਦੇ ਤੇ ਟਾਈਮ ਲੱਗਦਾ ਸਾਰੇ ਤੇ ਪੈ ਨਹੀਂ ਜਾਣੇ ਇੱਕੋ ਵਾਰੀ ਕਿਉਂਕਿ ਸੁੱਕਣੇ ਤਾਂ ਹੈ ਨਹੀਂ ਆ ਹਵਾ ਨਾਲ ਵੈਸੇ ਵੀ ਉੱਡ ਜਾਣੇ ਆ ਚਲੋ ਵਧੀਆ ਇੱਕ ਮਿੰਟ ਰੱਜੀ ਰਾਤ ਦਾ ਕੰਮ ਕਰਦੀ ਪਈ ਆ ਤੇ ਮੰਮੀ ਹੁਣੀ ਕੱਪੜੇ ਧੋਈ ਜਾਂਦੇ ਤਾਂ ਹਵਾ ਚੱਲੀ ਜਾਂਦੀ ਮੌਸਮ ਭੋਰਾ ਗਰਮ ਨਹੀਂ ਠੰਡਾ ਵਾ ਕਿਣਮਿਣ ਹੋਣ ਡਈ ਆ ਤੇ ਚੈੱਕ ਕਰ ਸਕਦੇ ਆ ਬਰੀਕ ਬਰੀਕ ਕਣੀਆਂ ਪੈਣ ਡਈਆਂ ਵਾ ਬੀਬੀ ਗਾਇਸ ਇੱਥੇ ਬੈਠੀ ਆ ਬੀਬੀ ਨੂੰ ਵੀ ਕਿਵੇਂ ਬੀਬੀ ਮੌਸਮ ਸੋਹਣਾ ਵਾ ਬਹੁਤ ਸੋਹਣਾ ਹਨਾ ਮੌਸਮ ਵੈਸੇ ਮੌਸਮ ਨੂੰ ਕਈ ਕਹਿੰਦੇ ਨੇ ਮੌਸਮ ਖਰਾਬ ਹੋ ਗਿਆ ਕਹਿੰਦੇ ਨਾ ਸਾਰੇ ਮੈਨੂੰ ਲੱਗਦਾ ਸਾਰੇ ਕਹਿੰਦੇ ਪਰ ਇਹ ਮੌਸਮ ਤਾਂ ਕਹਿਣਾ ਚਾਹੀਦਾ ਵਧੀਆ ਹੋ ਗਿਆ ਖਰਾਬ ਕੀ ਹੋ ਗਿਆ ਆਹ ਤਾਂ ਬਹੁਤ ਸੋਹਣਾ ਮੌਸਮ ਆ ਮੈਂ ਤਾਂ ਕਬੂਤਰ ਵੇਖਣਾ ਹੁੰਦਾ ਵਾ ਇੱਕ ਜਿਹੜਾ ਅਸੀਂ ਰੱਖਿਆ ਸੀ ਨਾ ਅਸੀਂ ਕਿਹਾ ਪਤਾ ਨਹੀਂ ਕਦੀ ਆਇਆ ਨਹੀਂ ਆ ਬਾਕੀ ਵੱਡਾ ਕਰਕੇ ਡਾਉਂਦੇ ਨਾ ਫਿਰ ਉਹਨੇ ਘਰੇ ਆਇਆ ਕਰਨਾ ਇਹਨਾਂ ਨੂੰ ਤਾਂ ਹੋਣ ਹੀ ਸੁਰਤ ਆਈ ਬੂਟਿਆਂ ਨੂੰ ਜਦੋਂ ਦਾ ਮਤਲਬ ਇਹਨਾਂ ਨੂੰ ਹੁਣ ਮੀਂਹ ਮੂੰਹ ਪੈਂਦੇ ਨਾ ਅੱਜ ਹੀ ਪਿਆ ਮੀਂਹ ਕਦਾ ਰੋਜ਼ ਪੈਂਦੇ ਆ ਅੱਜ ਪਿਆ ਮੀਂਹ ਵਧੀਆ ਤਰੀਕੇ ਨਾਲ ਬਹੁਤ ਚਿਰ ਬਾਅਦ ਹੀ ਮੀਂਹ ਪਿਆ ਨਾ ਹੋਰ ਗਰਮੀ ਕਿੰਨੀ ਬੁਰਾ ਹਾਲ ਹੀ ਕਹਿ ਏਸੀ ਚ ਵੜੀ ਰਹਿੰਦੀ ਹੁਣ ਕਹਿ ਸੁਰਤ ਆਈ ਆ ਹਨਾ ਬਾਜ ਬੈਠਾ ਇਹਨੇ ਛੱਡਣਾ ਥੋੜੀ ਆ ਜੇ ਕਿਤੇ ਬੱਚੇ ਉਹ ਕਾਬੂ ਆ ਗਏ ਇਹ ਸ਼ਾਇਦ ਘੁੱਗੀਆਂ ਦਾ ਵੀ ਸ਼ਿਕਾਰ ਕਰ ਸਕਦਾ ਉੱਪਰ ਆ ਬੈਠੀਆਂ ਬਾਕੀ ਇਹਦੇ ਕਾਬੂ ਆ ਗਈਆਂ ਤੇ ਇਹਨੇ ਛੱਡਣੀਆਂ ਵੀ ਨੀ ਉਹ ਬੈਠੀਆਂ ਬਾਕੀ ਉਹ ਫੜਦਾ ਨਹੀਂ ਪਿਆ ਪਤਾ ਨਹੀਂ ਕਿਉਂ ਬਾਕੀ ਦੇਖੋ ਨਿੱਕੀ ਚੀਜ਼ ਸ਼ਾਇਦ ਨਾ ਹੀ ਕਾਬੂ ਕਰੇ ਉਹ ਉੱਡ ਗਿਆ ਦੇਖੋ ਬਈ ਉਹ ਉੱਡ ਕੇ ਬਹਿ ਗਿਆ ਇਹਨੇ ਸ਼ਿਕਾਰ ਹੀ ਕਰਨਾ ਹੁਣ ਕੋਈ ਨਾ ਕੋਈ ਪਾਸ ਸ਼ਿਕਾਰ ਦੀ ਤਲਾਸ਼ 'ਚ ਹੀ ਹੋਣਾ ਇਹਦੀ ਤਾਂ ਸਪੀਡ ਵੀ ਬੜੀ ਹੁੰਦੀ ਆ ਸਾਹਮਣੇ ਕਬੂਤਰ ਵੀ ਬੈਠਾ ਇਹਦਾ ਪਤਾ ਨਹੀਂ ਇਹਨੂੰ ਹੀ ਫੜ ਲਵੇ ਬਸ ਬਾਜ਼ ਤਾਂ ਉੱਡ ਗਿਆ ਬਾਕੀ ਮੈਂ ਨਾ ਇੱਕ ਵਾਰੀ ਅਸੀਂ ਬੱਚੇ ਪਿਛਲੀ ਵਾਰੀ ਵੀ ਵੇਖਿਆ ਸੀ ਨਾ ਅਸੀਂ ਕਿਹਾ ਵੀ ਚਿੜੀ ਵਿਚਾਰੀ ਆ ਉਹ ਬੈਠੀ ਸਾਹਮਣੇ ਤੁਹਾਡੇ ਸਾਹਮਣੇ ਦੇਖ ਗਿਆ ਨਹੀਂ ਤੁਹਾਨੂੰ ਇਹਦੇ ਬੱਚੇ ਹੀ ਨਾ ਕਿਤੇ ਖਾ ਜਾਵੇ ਪਿਛਲੇ ਵਲੌਗ ਤੁਸੀਂ ਦੇਖੇ ਹੀ ਹੋਣੇ ਮੀਂਹ ਪੈਂਦਾ ਪਿਆ ਸੀਗਾ ਤੁਹਾਨੂੰ ਬੱਚੇ ਵਿਖਾਏ ਤਾਂ ਮੈਂ ਉਹਨੂੰ ਡਾਤਾ ਕਿ ਮੌਸਮ ਠੰਡਾ ਫੁੱਲ ਠੰਡਾ ਵਾ ਐਵੇਂ ਤੇ ਮੌਸਮ ਰਹਿਣ ਤਾਂ ਮਜ਼ਾ ਆਵੇ ਕਿਵੇਂ ਇੱਕ ਵਾਰੀ ਉਹ ਤੇ ਨਿੰਮ ਕੋਈ ਗਏ ਕਿਉਂ ਬੱਚੇ ਖਾ ਗਿਆ ਸੀ ਕੋਈ ਹਾਂ ਨਿੰਮ ਦੇ ਓਹਲੇ ਸੀ ਗਾਇਸ ਤੁਹਾਨੂੰ ਪਤਾ ਹੋਣਾ ਜੇ ਜਿਹੜੇ ਵਲੌਗ ਸਦਾ ਵੇਂਦੇ ਉਹਨਾਂ ਨੂੰ ਪਤਾ ਹੋਣਾ ਆਹ ਜਿਹੜੇ ਓਹਲੇ ਨੇ ਜਿੱਥੇ ਪਿੱਪਲ ਉੱਗਾ ਹੋਇਆ ਵਿੱਚ ਇਹਦੇ ਵਿੱਚ ਉਹ ਸੀਗੇ ਬੱਚੇ ਤੇ ਉਹ ਮਤਲਬ ਪਤਾ ਨਹੀਂ ਬਾਜ਼ ਹੀ ਖਾ ਗਿਆ ਇੱਦਾਂ ਹੀ ਕੱਢ ਕੇ ਬਸ ਕੁਛ ਵੀ ਮੰਮੀ ਨਾ ਨਾ ਪੰਛੀ ਕਿਰਲੀਆਂ ਵਾਲਾ ਸੀਗਾ ਬਾਜ਼ ਸੀਗਾ ਛੋਟਾ ਸੀਗਾ ਬਾਕੀ ਏਡਾ ਵੱਡਾ ਨਹੀਂ ਫਿਰ ਬਚਾਵੇ ਕਿਵੇਂ ਇਹਨਾਂ ਹੁਣ ਇਹ ਵੇਖੋ ਕਿੱਦਾਂ ਬਚਾਵੇ ਕੀ ਰੋਟੀ ਕੱਦੂ ਦੀ ਸਬਜ਼ੀ ਨਾ ਬੜੀ ਸਾਦਗੀ ਨਾਲ ਖਾਂਦਾ ਏ ਸਰਦਾਰ ਰੋਟੀ ਸਿੰਪਲ ਰੋਟੀ ਕੱਲੀ ਨਾਲ ਬਿਲਕੁਲ ਗਾਗੇ ਕੋਈ ਨਾਲ ਸਲਾਦ ਨਹੀਂ ਕੋਈ ਕੁਛ ਨਹੀਂ ਕਈ ਵਾਰੀ ਇਹਦੀ ਮਰਜ਼ੀ ਹੁੰਦੀ ਕਿ ਕਿਵੇਂ ਇਹਨੇ ਰੋਟੀ ਖਾਣੀ ਆ ਇਹਦਾ ਖੁਦ ਦਾ ਸਟਾਈਲ ਆ ਉੱਪਰ ਬੱਦਲ ਦੇਖ ਲਓ ਤੁਸੀਂ ਦੇਖਦੇ ਨਹੀਂ ਜਿਹੜੇ ਹੁਣ ਤੁਹਾਨੂੰ ਤਰੋਸ ਕੋ ਆਪਣਾ ਉਹ ਖੜਾ ਪਸ਼ੂ ਪਕਸ਼ੀ ਚਲੋ ਫਿਰ ਚੰਗਾ ਮਿਲਦੇ ਆ ਆਪਾਂ ਤੁਹਾਨੂੰ ਕੱਲ ਨੂੰ ਮੋਟਰ ਤੇ ਗੇੜਾ ਮਾਰ ਠੀਕ ਆ ਪਾਣੀ ਪੂਣੀ ਵੇਖਣ ਚੱਲੇ ਆ ਗਾਇਸ ਰਾਤ ਮੀਂਹ ਵਾਧੂ ਪੈ ਗਿਆ ਸੀਗਾ ਠੀਕ ਆ ਜੀ ਹਜੇ ਹੁਣ ਆਪਾਂ ਮੋਟਰਾਂ ਚਲਾਈਆਂ ਹੋਈਆਂ ਹਜੇ ਵੀ ਵੈਸੇ ਤੇ ਉਹ ਥੱਲੇ ਵਾਲਾ ਜਿਹੜਾ ਆਪਣਾ ਹਨਾ ਹੈਗਾ ਨਾ ਕਿੱਲਾ ਉਹ ਸੁੱਕਾ ਹੋ ਗਿਆ
ਉਹਨੂੰ ਆਪਾਂ ਪਾਣੀ ਦੇਣ ਚੱਲੇ। ਉਧਰ ਗੱਡੋਏ ਦੇਖੋ ਕਿੰਨੇ ਜ਼ਿਆਦੇ ਤੇਰਾ ਭਲਾ ਜੇ ਢੇਰੀ ਲਾਈ ਜਾਂਦੇ ਜਾ ਕੇ ਓਏ ਬੜਾ ਗਡੂਆ ਯਾਰ ਆ ਗਿਆ ਏ ਆਹ ਜਿਹੜੀ ਤੂੰ ਕਹਿੰਦਾ ਖਾਦ ਬਣਾਉਂਦੇ ਖਾਦ ਹੀ ਆਵੇ ਉਹ ਹੀ ਖਾਦ ਬਣਾਉਂਦੇ ਸਾਰੀ ਆੜ ਆ ਗਾਇਸ ਉਹ ਸਾਰੀ ਇੰਨੇ ਗਡੋਏ ਆਪਾਂ ਉਹ ਇੱਧਰ ਵੀ ਆ ਇਹਨਾਂ ਤੋਂ ਆਪਾਂ ਖਾਦ ਬਣਵਾ ਸਕਦੇ ਹਾਂ ਨਾ ਹੋਰ ਆ ਵੇ ਕਾਵੀ ਆ ਤੇ ਕੋ ਪਰੇ ਵੀ ਹੂੰ ਇਹ ਇੰਨਾ ਕਿੱਥੋਂ ਨਿਕਲਿਆ ਆ ਪਰੇ ਕੀ ਤੋ ਵੀ ਪਰੇ ਵੀ ਹੂੰ ਗਡੋਏ ਬਹੁਤ ਆ ਯਾਰ ਹੂੰ ਆ ਤੇ ਮੈਂ ਪਹਿਲੀ ਵਾਰੀ ਇੰਨੇ ਇਕੱਠੇ ਵੇਖੇ ਆ ਤੇਰਾ ਪਲਾ ਦੇ ਛੇ ਵੱਜ ਗਏ ਪੂਰੇ ਤੇ ਭਾਈ ਗਡੋਏ ਤੁਹਾਨੂੰ ਸਵੇਰੇ ਸਵੇਰੇ ਵਿਖਾਏ ਸੀ ਹੁਣ ਆਪਾਂ ਆ ਪੱਠੇ ਪਾ ਦਈਏ ਇਹਨਾਂ ਨੂੰ ਚਲੋ ਜਲਦੀ ਜਲਦੀ ਕੁਤਰ ਗਏ ਤਾਂ ਪਾਈਏ ਚਲੋ ਗਾਇਸ ਆਉਣਾ ਹੀ ਚੱਲੇ ਹਾਂ ਮੱਲਾਂ ਵਾਲੇ ਅਤੇ ਮੌਸਮ ਬਹੁਤ ਵਧੀਆ ਹੋ ਗਿਆ ਕੱਲ੍ਹ ਮੀਂਹ ਪਿਆ ਸੀ ਨਾ ਠੰਡਾ ਹੋ ਗਿਆ ਮੌਸਮ ਅਤੇ ਰੱਜੀ ਵੀ ਚੱਲੀ ਅਤੇ ਮੈਂ ਵੀ ਅਤੇ ਥੋੜ੍ਹਾ ਜਿਹਾ ਸਮਾਨ ਲਿਆਉਣਾ ਸੀਗਾ ਡਾਇਟ ਦਾ ਨਾਲੇ ਆਪਾਂ ਕੁਛ ਨਿੱਕਾ ਮੋਟਾ ਸਮਾਨ ਘਰ ਦਾ ਵੀ ਲੈ ਕੇ ਆਉਣਾ ਅਤੇ ਜੂਸ ਤਾਂ ਅਸੀਂ ਪੀ ਲਈਦਾ ਕਿਉਂਕਿ ਜੋ ਜਾਵਾਂਗੇ ਤਾਂ ਫਿਰ ਪੀਵਾਂਗੇ ਅਸੀਂ ਆਏ ਦੁਕਾਨ 'ਚ ਲੈ ਲਿਆ ਸਮਾਨ ਸਾਰਾ ਚੱਲਦੇ ਰਹੇ ਬੜਾ ਕੁਛ ਚੱਲਦਾ ਸੀਗਾ ਤੁਹਾਨੂੰ ਪਤਾ ਰਾਤ ਹਨੇਰੀ ਬੜੀ ਚੱਲੀ ਮੀਂਹ ਪੈਂਦਾ ਸੀਗਾ ਤਾਂ ਲਾਈਟ ਗਈ ਚਲੀ ਸਾਰੇ ਸੁੱਤੇ ਹੋਏ ਬੀਬੀ ਇੱਥੇ ਆ ਲਾਪਰੀ ਤਾਂ ਇੱਧਰ ਹੋਣਾ ਰਾਜੂ ਵੀ ਸੋਆ ਪੜਾ ਹੇ ਰਾਜੂ ਇਤਨੀ ਗਰਮੀ ਮੈਂ ਪੱਖਾ ਵੀ ਬੰਦ ਸਭ ਬੰਦ ਪੱਖੀ ਦੇ ਦੇ ਰਾਜੂ ਕੋ ਸੋਏ ਕੀ ਪੜੀ ਪੱਖੀ ਦੇ ਦੇ ਬਣਾ ਹੈ ਰਾਜੂ ਹਲੇ ਰਾਜੂ ਨੂੰ ਗਰਮੀ ਨਹੀਂ ਲੱਗਦੀ ਕੀ ਹਾਲ ਆ ਇਹਨੂੰ ਛੱਡਿਆ ਵਾ ਲੈ ਗੁਰੂਆ ਅੰਦਰ ਜ਼ਿਆਦੀ ਗਰਮੀ ਸਗੋਂ ਗਰਮੀ ਚ ਕੀ ਕਰਨਾ ਇਹਨੇ ਹਾਂ ਜੀ ਗਰਮੀ ਚ ਹੀ ਬਹਿ ਗਏ ਵੀ ਰਾਜੂ ਨਾਲ ਰਾਜੂ ਨਾਲ ਇਹ ਵੀ ਬਹਿ ਗਿਆ ਨਾਲ ਲਓ ਬਾਕੀ ਕਮਰਾ ਠੀਕ ਆ ਕਿੱਦਾਂ ਵੇਲਾ ਪੈ ਗਿਆ ਚਲੋ ਪਿਆਰ ਹੈ ਕਹਿੰਦਾ ਹੁਣ ਇੱਥੇ ਇਹਨਾਂ ਨਾਲ ਹੀ ਪੈ ਜਾਏ ਰੀਸ ਕਰਦਾ ਕਿਉਂਕਿ ਉਹ ਲਾਪਰੀ ਉਹ ਉਹਨੂੰ ਰੱਜੀ ਕਹਿੰਦੀ ਆ ਵੀਡੀਓ ਵਾਲੀ ਬਣਾਈ ਬਿਹਾਰੀ ਵਾਲੀ ਹਾਂ ਗਰਮੀ ਕਹਿੰਦੇ ਬਹੁਤ ਜ਼ਿਆਦੀ ਆ ਇੱਕ ਪੱਖਾ ਚਲਾ ਲਾਂਗੇ ਤਾਂ ਉੱਤੋਂ ਇੱਕ ਵਾਰੀ ਇਨਵੈਟਰ ਬੰਦ ਕਰਕੇ ਚਲਾ ਦੇ ਚਲਾ ਕੇ ਆਉਂਦੇ ਆਪਾਂ ਇੱਥੇ ਟੋਪ 'ਤੇ ਜਾਣਾ ਕਿਹੜਾ ਸੌਖਾ ਬਾਕੀ ਇੰਨਾ ਮੀਂਹ ਪਿਆ ਬਾਕੀ ਉੱਦਾਂ ਇੰਨੀ ਨਹੀਂ ਗਰਮੀ ਹੈਗੀ ਧੁੱਪ ਤੇਜ਼ ਆ ਬਹਾ ਵੱਜਦੀ ਪਈ ਦੇਖੋ ਕਿਵੇਂ ਘੱਟਾ ਹੀ ਬੜਾ ਇਹਦੇ 'ਤੇ ਪਿਆ ਹੋਇਆ ਭਾਈ ਸਾਰੇ ਪੱਖੇ ਬੰਦ ਕਰਤੇ ਸਾਰਿਆਂ ਨੂੰ ਕਹਿਤਾ ਵੀ ਇੱਥੇ ਆ ਜਾਓ ਸਾਰੇ ਜਾਣੇ ਅਤੇ ਇੱਕ ਪੱਖਾ ਚਲਾ ਤਾ ਇੱਥੇ ਬਹਿ ਜਾਂਗੇ ਆਪਾਂ ਮੰਮੀ ਕੱਪੜੇ ਨਾ ਆਵੇ ਮੇਰੇ ਸਿਰ ਨੂੰ ਤੇਲ ਲਾ ਦੇ
ਵਲੌਗ ਏਡਾ ਕੁ ਸੀਗਾ ਤੇ ਹੁਣ ਮੈਂ ਐਂਡ ਕਰਨ ਲੱਗਾ ਵਲੌਗ ਦਾ। ਤੇ ਜੇ ਤੁਹਾਨੂੰ ਵਧੀਆ ਲੱਗਾ ਜਿਵੇਂ ਦਾ ਵਲੌਗ ਸੀ, ਲਾਈਕ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਦੱਸਿਓ ਵੀ ਆਪਾਂ ਜਿਹੜਾ ਮਾਸਕ ਪ੍ਰੈਂਕ ਕਰੀਏ ਕਿ ਨਹੀਂ ਸ਼ੇਅਰ, ਕਮੈਂਟ ਕਰਿਓ ਤੇ ਆਪਾਂ ਕਰਾਂਗੇ। ਜੇ ਤੁਹਾਨੂੰ ਵਧੀਆ ਲੱਗਾ ਹੁਣ ਵਲੌਗ ਲਾਈਕ ਇਹਨੂੰ ਕਰ ਦਿਓ, ਸਬਸਕ੍ਰਾਈਬ ਕਰ ਦਿਓ। ਮਿਲਾਂਗੇ ਅਗਲੇ ਵਲੌਗ ਦੇ ਵਿੱਚ, ਬਾਏ।